ਰਿਟਾਇਰ ਇੰਸਪੈਕਟਰ ਮੰਗਲ ਸਿੰਘ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ। ਉਹਨਾਂ ਦੀ ਅੰਤਿਮ ਯਾਤਰਾ ਵਿੱਚ ਕਪੂਰਥਲਾ ਪੁਲਿਸ ਦੇ ਜਵਾਨਾਂ ਵੱਲੋਂ ਸ਼ਰਧਾਂਜਲੀ ਦਿੱਤੀ ਗਈ। ਸਪੈਸ਼ਲ ਨਿਊਜ਼ ਪੰਜਾਬੀ ਦੇ ਰਿਪੋਰਟਰ ਪ੍ਰੇਮ ਭੱਟੀ ਦੀ ਰਿਪੋਰਟ। ਅਸੀਂ ਬੜੇ ਦੁਖੀ ਹਿਰਦੇ ਦੇ ਨਾਲ ਉਹਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਹਾਂ। ਸਰਦਾਰ ਮੰਗਲ ਸਿੰਘ ਜੀ, SHO ਸਾਹਿਬ, ਇੰਸਪੈਕਟਰ ਸਾਹਿਬ ਜੀ, ਜਿਨ੍ਹਾਂ ਦੇ ਅੱਜ ਅੰਤਮੀ ਯਾਤਰਾ ਜੋ ਅਕਾਲ ਪੁਰਖ ਨੇ ਦਿੱਤੀ ਹੋਈ ਯਾਤਰਾ ਦੇ ਵਿੱਚੋਂ ਬਾਣੀ ਦੇ ਵਿੱਚ ਲਿਖਿਆ ਜਿਸ ਤਰ੍ਹਾਂ ਕਿ ਜੈਸਾ ਤੀਰੀ ਲਿਖਿਆ ਤੈਸਾ ਹੁਕਮ ਚਲਾਏ, ਇਕੱਲੇ ਆਵੇ ਨਾਨਕਾ ਸੱਦੇ ਉੱਠ ਜਾਏ ਦੇ ਮਹਾਂਵਾਕਾਂ ਅਨੁਸਾਰ ਅੱਜ ਸਰਦਾਰ ਮੰਗਲ ਸਿੰਘ ਜੀ ਸਾਡੇ ਬ੍ਰਦਰ ਜੋ ਕਿ ਸਦਮੇ ਵਿਛੋੜਾ ਦੇ ਗਏ ਨੇ, ਉਹਨਾਂ ਦੀਆਂ ਯਾਦਾਂ ਅੱਜ ਆਪਾਂ ਸਰਦਾਰ ਮੰਗਲ ਸਿੰਘ ਜੀ ਇੰਸਪੈਕਟਰ ਸਾਹਿਬ ਜੀਆਂ ਦੇ ਵੱਡੇ ਸਪੁੱਤਰ ਉਹਨਾਂ ਦੇ ਕੋਲ ਪੁੱਛਦੇ ਹਾਂ ਕਿ ਇਹ ਜਿਹੜਾ ਦੁਖੀ ਹਿਰਦਾ ਹੈ ਉਹ ਦੁਖੀ ਹਿਰਦੇ ਦੇ ਵਿੱਚੋਂ ਆਪਣੇ ਸੁਰਿੰਦਰਪਾਲ ਜੀ, ਸਾਬਕਾ ਸਰਪੰਚ, ਜਿਨ੍ਹਾਂ ਦੇ ਨਾਲ ਆਪਾਂ ਦੁੱਖ ਸਾਂਝਾ ਕਰਦੇ ਹਾਂ। ਸੋ ਸੁਰਿੰਦਰਪਾਲ ਸਿੰਘ ਜੀ, ਅੱਜ ਤੁਹਾਡੇ ਪਿਤਾ ਜੀ ਦੇ, ਜੋ ਕਿ ਬਹੁਤ ਦੁੱਖ ਵਾਲੀ ਗੱਲ ਹੈ, ਉਹਨਾਂ ਦੇ ਜੀਵਨ ਬਾਰੇ ਕੁਛ ਅਸੀਂ ਆਪ ਜੀਆਂ ਨੂੰ ਪੁੱਛ ਰਹੇ ਹਾਂ। ਸੋ ਆਪ ਚਾਨਣਾ ਪਾਓ ਜੀ। ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ, ਮੇਰੇ ਪਿਤਾ ਜੀ ਸਰਦਾਰ ਮੰਗਲ ਸਿੰਘ ਜੀ, ਉਹ ਇੱਕ ਗਰੀਬ ਫੈਮਿਲੀ ਤੋਂ ਹੁੰਦੇ ਹੋਏ ਇੱਕ ਸਿਪਾਹੀ ਦੇ ਪਦ 'ਤੇ ਭਰਤੀ ਤੈਨਾਤ ਹੋ ਕੇ ਇੰਸਪੈਕਟਰ ਤੱਕ ਉਹਨਾਂ ਨੇ ਸਖ਼ਤ ਮਿਹਨਤ ਕੀਤੀ ਅਤੇ ਆਪਣੇ ਪੂਰੇ ਪਰਿਵਾਰ ਦਾ ਖਿਆਲ ਰੱਖਿਆ, ਉਹਨਾਂ ਨੂੰ ਅੱਛੀ ਪਰਵਰਿਸ਼ ਦਿੱਤੀ ਅਤੇ ਪੂਰਾ ਭੈਣਾਂ ਭਾਈਆਂ ਦਾ, ਨਗਰ ਦਾ, ਇਲਾਕੇ ਦਾ ਵੀ ਪੂਰਾ ਖਿਆਲ ਰੱਖਿਆ। ਜੇ ਕੋਈ ਵੀ ਉਹਨਾਂ ਦੇ ਕੋਲ ਆਉਂਦਾ, ਉਹਨਾਂ ਨੇ ਕਦੀ ਕਿਸੇ ਨੂੰ ਨਾਂਹ ਨਹੀਂ ਕੀਤੀ ਕਿ ਭਾਈ ਮੈਂ, ਮੇਰੇ ਕੋਲ ਟਾਈਮ ਨਹੀਂ ਹੈ ਜਾਂ ਨਹੀਂ ਹੋ ਸਕਦਾ। ਕੋਈ ਵੀ ਕੰਮ ਕਿਸੇ ਤਰ੍ਹਾਂ ਦਾ ਵੀ ਹੁੰਦਾ, ਉਹ ਇਹ ਕਹਿ ਦਿੰਦੇ ਭਾਈ ਜਾਵਾਂਗੇ, ਦੇਖਾਂਗੇ, ਕਰਾਂਗੇ। ਹਮੇਸ਼ਾ ਹੀ ਦੂਸਰੇ ਲਈ, ਦੂਸਰੇ ਦੀ ਮਦਦ ਲਈ ਉਹ ਤਿਆਰ ਰਹਿੰਦੇ। ਅੱਜ ਬੜਾ ਦੁੱਖ ਹੋਇਆ ਸਾਨੂੰ, ਸਾਰੇ ਪਰਿਵਾਰ ਨੂੰ, ਮੇਰੇ ਭੈਣਾਂ ਭਾਈਆਂ ਰਿਸ਼ਤੇਦਾਰਾਂ ਨੂੰ, ਸਾਰੇ ਦੁੱਖ ਦੇ ਵਿੱਚ ਇਕੱਠੇ ਹੋਏ ਹਾਂ ਅੱਜ ਉਹਨਾਂ ਦੀ ਅੰਤਿਮ ਯਾਤਰਾ ਦੇ ਵਿੱਚ। ਅਤੇ ਸੋ ਆਪਣੇ ਸਾਬਕਾ ਸਰਪੰਚ ਸਾਹਿਬ ਜੀ ਅਸੀਂ ਚਣੀ ਤੁਹਾਡੇ ਕੋਲ ਉਹਨਾਂ ਦੇ ਪੁੱਛਣੇ ਕਿੱਥੇ ਕਿੱਥੇ ਉਹਨਾਂ ਨੇ ਸਰਵਿਸ ਕੀਤੀ, ਕਿਹੜੇ ਕਿਹੜੇ ਅਹੁਦੇ 'ਤੇ ਰਹੇ ਹੋ? ਜ਼ਿਆਦਾਤਰ ਉਹ ਟ੍ਰੈਫਿਕ ਡਿਪਾਰਟਮੈਂਟ 'ਚ ਰਹੇ, ਜਾਂ ਕਬੀਰਪੁਰ ਰਹੇ, ਚੌਂਕੀ ਇੰਚਾਰਜ ਕਬਾੜੇ ਰਹੇ, ਅਤੇ ਹੋਰ ਵੀ ਜਲੰਧਰ ਵੀ ਪੋਸਟਿੰਗ ਕੀਤੀ ਉਹਨਾਂ ਨੇ ਕੀਤੇ। ਸਪੈਸ਼ਲੀ ਉਹ ਕਪੂਰਥਲੇ ਦੇ ਵਿੱਚ ਲੰਮਾ ਟਾਈਮ MTO ਰਹੇ, ਉਹ ਜਿੱਥੋਂ ਪੰਜਾਬ ਸਰਕਾਰ ਨੇ ਉਹਨਾਂ ਨੂੰ ਸਟੇਟ ਬੈਸਟ MTO ਦਾ ਰਿਵਾਰਡ ਦਿੱਤਾ ਪੰਜਾਬ ਦੇ ਵਿੱਚੋਂ, ਉਹ ਕਪੂਰਥਲੇ ਦੇ ਵਿੱਚ ਸਰਦਾਰ ਮੰਗਲ ਸਿੰਘ ਉਹਨਾਂ ਨੂੰ। ਧੰਨਵਾਦ। ਆਓ ਛੋਟੇ ਬ੍ਰਦਰ ਰਾਜਿੰਦਰ ਸਿੰਘ ਜੀ, ਉਹਨਾਂ ਦੇ ਕੋਲੋਂ ਉਹਨਾਂ ਦੀ ਅੰਤਿਮ ਯਾਤਰਾ ਦੇ ਸਮੇਂ ਉਹਨਾਂ ਦੇ ਦੁਖੀ ਹਿਰਦੇ ਦੇ ਵਿੱਚੋਂ ਕੁਝ ਵਿਚਾਰ ਸੁਣਦੇ। ਉਹਨਾਂ ਦੀ ਜ਼ਿਆਦਾ ਕਰਕੇ ਜਿਹੜੀ ਸਰਵਿਸ ਆ ਕਪੂਰਥਲੇ ਦੇ ਵਿੱਚ ਆ, ਅਤੇ ਬਤੌਰ ਇੱਕ ਹੌਲਦਾਰ ਉਹ MTO ਲੱਗੇ, ਆਪਣੇ ਮੁਨਸ਼ੀ ਲੱਗੇ ਰਹੇ ਸੁਹਾਨਪੁਰ, ਥਾਣਾ ਕਤਵਾਲੀ ਦੇ ਵਿੱਚ ਮੁਨਸ਼ੀ ਲੱਗੇ ਰਹੇ ਸਿਪਾਹੀ, ਉਸ ਤੋਂ ਬਾਅਦ 'ਚ ASI ਬਣ ਕੇ ਸਭ ਤੋਂ ਜਿਹੜੀ ਉਹਦੀ ਸਰਵਿਸ ਸਟਾਰਟ ਹੋਈ ਸੀਗੀ
वह मोहाली के गया पहली पोस्टिंग मोहाली में हुई 6 महीने उन्हें सर्विस की 6 महीने तो बाद फिर मुड़ के उसे कपूरथले आ गया उस तो मुड़ के बाद सब इंस्पैक्टर बने सब इंस्पैक्टर बन के फिर वो जलंधर फेंके गए उन्होंने जिन्ना भी की सर्विस बहुत ही वधिया और सज्जे तरीके की इस करके सिपाही तो इंस्पैक्टर तक पहुँचे जी। धन्यवाद जी।